ਸਿੱਖਿਆ ਅੱਜ ਕੱਲ੍ਹ ਮੁੱਢਲਾ ਅਧਿਕਾਰ ਬਣ ਚੁੱਕਿਆ ਹੈ ਅਤੇ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਵੱਖੋ ਵੱਖਰੀ ਸਿੱਖਿਆ ਮਿਲਦੀ ਹੈ ਅਤੇ ਅੱਜ ਕੱਲ੍ਹ ਹਰ ਕੋਈ ਉੱਚ ਸਿੱਖਿਆ ਦੇ ਲਈ ਕਾਲਜ ਅਤੇ ਯੂਨੀਵਰਸਿਟੀਆਂ ਦਾ ਰੁੱਖ ਕਰਦਾ ਹੈ ਅਤੇ ਗ੍ਰੈਜੂਏਸ਼ਨ ਦੀ ਜ਼ਿਆਦਾਤਰ ਉਮਰ ਦੇਖਿਆ ਜਾਵੇ ਤਾਂ 20 ਸਾਲ ਦੇ ਕਰੀਬ ਹੁੰਦੀ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ 9 ਸਾਲ ਦੀ ਉਮਰ ਵਿੱਚ ਕਿਸੇ ਨੇ BA ਦੀ ਡਿਗਰੀ ਹਾਸਲ ਕੀਤੀ ਹੋਵੇ? ਜੀ, ਤੁਸੀਂ ਬਿਲਕੁਲ ਸਹੀ ਸੁਣਿਆ ਕਿ ਇੱਕ ਮੁੰਡੇ ਨੇ 9 ਸਾਲ ਦੀ ਉਮਰ ਦੇ ਵਿੱਚ BA ਦੀ ਡਿਗਰੀ ਹਾਸਲ ਕੀਤੀ ਹੈ ਅਤੇ ਇਸ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਕਿ ਆਖਿਰ ਕੌਣ ਹੈ ਉਹ ਸ਼ਖਸ ਜਿਸ ਨੇ 9 ਸਾਲ ਦੀ ਉਮਰ ਵਿੱਚ BA ਦੀ ਡਿਗਰੀ ਹਾਸਲ ਕੀਤੀ ਹੈ। ਦਰਅਸਲ ਨੀਦਰਲੈਂਡ ਦੀ ਰਾਜਧਾਨੀ ਐਸਟਮਡਮਡ ਦਾ 9 ਸਾਲਾ ਪ੍ਰਤਿਭਾਸ਼ਾਲੀ ਬੱਚਾ ਲੋਰੈਨ ਸਿਮਸ ਅਗਲੇ ਦਸੰਬਰ ਮਹੀਨੇ ਵਿੱਚ ਸਭ ਤੋਂ ਘੱਟ ਉਮਰ ਵਿੱਚ ਗ੍ਰੈਜੂਏਸ਼ਨ ਯਾਨੀ ਕਿ BA ਦੀ ਡਿਗਰੀ ਹਾਸਲ ਕਰੇਗਾ। ਲੋਰੈਂਟ ਇਸ ਵੇਲੇ ਐਂਦੋਵਨ ਯੂਨੀਵਰਸਿਟੀ ਆਫ ਟੈਕਨੋਲੋਜੀ ਅਤੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਹੈ। ਉਸਨੇ ਸਿਰਫ 9 ਮਹੀਨੇ ਹੀ ਪੜ੍ਹਾਈ ਕੀਤੀ ਹੈ ਅਤੇ ਉਹ ਗ੍ਰੈਜੂਏਟ ਹੋ ਜਾਵੇਗਾ। ਆਈਨਸਟਾਈਨ ਜੇ ਤੇਜ਼ ਦਿਮਾਗ ਵਾਲੇ ਲੋਰੈਂਟ ਦਾ IQ ਪੱਧਰ 145 ਹੈ ਅਤੇ ਲੋਰੈਂਟ ਨੂੰ ਹੁਣੇ ਤੋਂ ਹੀ ਦੁਨੀਆ ਦੀ ਚੋਟੀ ਦੀ ਯੂਨੀਵਰਸਿਟੀ ਹੁਣ ਪੋਸਟ ਗ੍ਰੈਜੂਏਸ਼ਨ ਯਾਨੀ ਕਿ MA ਲਈ ਸੱਦ ਰਹੀ ਹੈ ਅਤੇ ਉਸਦਾ ਸੁਪਨਾ ਪੁਲਾੜ ਯਾਤਰੀ ਜਾਂ ਦਿਲ ਦਾ ਸਰਜਨ ਬਣਨ ਦਾ ਹੈ। ਉਸਦੇ ਦਾਦਾ ਦਾਦੀ ਨੂੰ ਦਿਲ ਦੀਆਂ ਕੁਝ ਸਮੱਸਿਆਵਾਂ ਨੇ। ਲੋਰੈਂਟ ਮੁਤਾਬਿਕ ਉਹ ਅਗਲੇਰੀ ਪੜ੍ਹਾਈ ਕੈਲੀਫੋਰਨੀਆ ਤੋਂ ਕਰਨਾ ਚਾਹੁੰਦਾ ਹੈ ਕਿਉਂਕਿ ਉੱਥੋਂ ਦਾ ਮੌਸਮ ਉਸਨੂੰ ਵਧੀਆ ਜਾਪਦਾ ਹੈ, ਪਰ ਉਸਦੇ ਮਾਪੇ ਚਾਹੁੰਦੇ ਨੇ ਕਿ ਉਹ ਇੰਗਲੈਂਡ ਦੇ ਵਿੱਚ ਆਪਣੀ ਪੜ੍ਹਾਈ ਕਰੇ ਅਤੇ ਲੋਰੈਂਟ ਦੇ 37 ਸਾਲਾ ਡੈਂਟਿਸਟ ਪਿਤਾ ਐਲੈਗਜ਼ੈਂਡਰ ਸਿਮਸ ਨੇ ਕਿਹਾ ਕਿ UK ਵਿੱਚ ਆਕਸਫੋਰਡ ਅਤੇ ਕ੍ਰੈਮਬ੍ਰਿਜ ਜਿਹੇ ਪ੍ਰਮੁੱਖ ਸੰਸਥਾਨ ਨੇ ਅਤੇ ਇਹ ਸਾਡੇ ਲਈ ਬਹੁਤ ਸੁਵਿਧਾਜਨਕ ਹੋਵੇਗਾ। ਉਹਨਾਂ ਦੱਸਿਆ ਕਿ ਲੋਰੈਂਟ ਬਨਾਵਟੀ ਮਨੁੱਖੀ ਅੰਗਾਂ ਅਤੇ ਰੋਬੋਟਿਕਸ ਵਿੱਚ PhD ਕਰਨਾ ਲੋਚਦਾ ਹੈ ਅਤੇ ਬੈਲਜੀਅਮ ਦੇ ਵਿੱਚ ਜਨਮੇ ਲੋਰੈਂਟ ਨੂੰ ਪ੍ਰਤਿਭਾਸ਼ਾਲੀ ਬੱਚਾ ਕਿਹਾ ਜਾਂਦਾ ਹੈ ਅਤੇ ਉਸਦੀ ਤੁਲਨਾ ਐਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨਾਲ ਹੁੰਦੀ ਹੈ। ਉਹ 4 ਭਾਸ਼ਾਵਾਂ ਬੋਲ ਸਕਦਾ ਹੈ। ਸ਼੍ਰੀ ਅਲੈਗਜ਼ੈਂਡਰ ਅਤੇ ਉਸਦੀ ਮਾਂ 29 ਸਾਲਾ ਲੀਡੀਆ ਨੇ ਦੱਸਿਆ ਕਿ ਪਹਿਲੀ ਵਾਰ ਉਸਦੇ ਦਾਦਾ ਦਾਦੀ ਅਤੇ ਅਧਿਆਪਕਾਂ ਨੇ ਉਸਦੀਆਂ ਸਮਰੱਥਾਵਾਂ ਨੂੰ ਪਛਾਣਿਆ ਸੀ। ਲੋਰੈਂਟ ਨੇ 4 ਸਾਲ ਦੀ ਉਮਰ ਵਿੱਚ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ 5 ਸਾਲਾਂ ਦੀ ਪੜ੍ਹਾਈ ਉਹ ਸਿਰਫ 12 ਮਹੀਨਿਆਂ ਵਿੱਚ ਹੀ ਮੁਕੰਮਲ ਕਰ ਗਿਆ। ਸ੍ਰੀ ਲੋਰੈਂਟ ਦੇ ਅਧਿਆਪਕ ਨੇ ਦਾਅਵਾ ਕੀਤਾ ਕਿ ਉਹ ਆਪਣੀ ਉਮਰ ਦੇ ਬੱਚਿਆਂ ਤੋਂ 3 ਗੁਣਾ ਵੱਧ ਹੁਸ਼ਿਆਰ ਅਤੇ ਹੋਣਹਾਰ ਹੈ।